ਫੌਜੀ ਭਰਤੀ ਹੋਏ ਸਰ ਮੈਂ 87 ਸੀ 87 ਭਰਤੀ ਹੈ ਉਹ ਡਾਕੂ ਨਾ ਆਪਰੇਸ਼ਨ ਵਿੱਚ ਉਹ ਮਤਲਬ ਨਾ ਉਹ ਪੈਰ ਖੁੱਲਿਆ ਜਨਾਬ ਦਿੱਤਾ ਫਿਰ ਮੈਂ ਜਨਾਬ ਉਹ ਸਨ ਕਪਤਾਨ ਸਾਹਿਬ ਸ਼ਹੀਦ ਹੋ ਗਏ ਤੋ ਦੂਸਰਾ ਹੀ ਜਿਹੜਾ ਸਿਪਾਹੀ ਉਹ ਜ਼ਖਮੀ ਹੋ ਗਿਆ ਅਸਲਾਮ ਅਲੈਕੁਮ ਜੀ ਮੈਂ ਸੁਣ ਆਪਣਾ ਨਦੀਮ ਭਾਈ ਉਮੀਦ ਕਰਨਾ ਸਾਰੇ ਖੈਰ ਖਰੀਅਤ ਨਾਲ ਦੱਸਣ ਤਾਂ ਅੱਲਾਹ ਤਾਲਾ ਨੇ ਹਿਫਜ਼ ਹੋਈ ਮਾਨ ਚ ਸੁਣਾ ਤੇ ਮੈਂ ਅੱਜ ਆਇਆ ਅੰਕਲ ਹੋਰਾਂ ਕੋਲ ਤਾਂ ਮੈਂ ਇਹਨਾਂ ਜ਼ਿੰਦਗੀ ਬਾਰੇ ਸੰਜੀ ਦੱਸਣਾ ਕਿ ਕਿਆ ਕਿਆ ਇਹਨਾਂ ਆਪਣੀ ਜ਼ਿੰਦਗੀ ਚ ਗੁਜ਼ਾਰਿਆ ਹੈ ਤੇ ਕਿਆ ਕਿਆ ਇਹਨਾਂ ਤਬਦੀਲੀ ਤਾਂ ਕੀ ਹੈ ਤੇ ਸਾਰਾ ਕੁਝ ਅੱਜ ਸੰਜੀ ਇੰਟਰਵਿਊ ਇਹਨਾਂ ਕੋਲ ਲੈ ਕੇ ਤੇ ਆਪ ਦੱਸਣੇ ਆ ਤਾਂ ਉਮੀਦ ਕਰਨਾ ਅੱਜ ਦਾ ਵਲੌਗ ਸਿੱਖ ਪਸੰਦ ਆਵੇ ਅਸਲਾਮ ਅਲੈਕੁਮ ਅੰਕਲ ਜੀ ਕੀ ਹਾਲ ਹੈ ਠੀਕ ਹੋ ਜੀ ਅੱਲਾ ਸ਼ੁਕਰ ਹੈ ਤੁਸੀਂ ਠੀਕ ਹੈ ਸ਼ੁਕਰ ਅਲਹਮਦੁਲਿਲਾ ਹੋਰ ਸੁਣਾਓ ਕਿਵੇਂ ਜ਼ਿੰਦਗੀ ਗੁਜ਼ਾਰ ਰਹੀ ਹੈ ਬਸ ਸ਼ੁਕਰ ਅਲਹਮਦੁਲਿਲਾ ਜਿਹੜਾ ਵਕਤ ਗੁਜ਼ਰ ਜੇ ਚਾਚੂ ਕੀ ਨਾਮ ਸੁਣਾ ਅਕਨਵਾਸ 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 ਜੀ ਚਾਚੂ ਅਕਨਵਾਸ ਜੀ ਤੇ ਮੈਂ ਦੱਸੋ ਜੀ ਕਿੰਨਾ ਅਫਸੋਸ ਸੁਆ ਹੋ ਜੀ ਰਹੇ ਹੋ ਤੇ ਕਿਆ ਦਿੱਲੀ ਤੱਕ ਹੀ ਹੈ ਇਸ ਤੋਂ ਦੀ ਕੀ ਫਰਕ ਹੈ ਤੇ ਉਸ ਵਕਤ ਦੀ ਕੀ ਫਰਕ ਸੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਮੈਂ ਆਰਮੀ ਚ 18 ਸਾਲ ਨੌਕਰੀ ਕੀਤੀ ਹੈ ਮਾਸ਼ਾਅੱਲਾ 18 ਸਾਲ ਨੌਕਰੀ ਕੀਤੀ ਹੈ ਸਹੀ ਹੋ ਗਿਆ ਔਰ ਮਾਸ਼ਾਅੱਲਾ 2006 ਚ ਮੈਂ ਪੈਨਸ਼ਨ ਆਇਆ 2006 17 ਸਾਲ ਹੋ ਗਏ ਮੈਨੂੰ ਪੈਨਸ਼ਨ ਆਇਆ ਮਾਸ਼ਾਅੱਲਾ 17 ਸਾਲ ਸਹੀ ਆਰਮੀ ਰਹਿ ਕੇ ਮੈਂ ਬੜੇ ਬੜੇ ਮੁਸ਼ਕਲਾਤਾਂ ਵੀ ਦੱਕੀਆਂ ਸਹੀ ਹੈ ਤੇ ਬੜੀ ਬੜੀ ਅੱਛਾਈ ਵੀ ਦਿੱਤੀਆਂ ਨਾ ਸਾਨੂੰ ਕਿਹਦੇ ਸਾਨੀ ਸਾ ਫੌਜੀ ਭਰਤੀ ਹੋਏ ਸਰ ਮੈਂ 87 ਸੀ 87 ਭਰਤੀ ਹੋਏ ਸਰ 87 ਕਿਆ ਸੋ ਸੈਲਰੀ ਸੀ ਉਸ ਵੇਲੇ ਉਸ ਟਾਈਮ ਅਸੀਂ ਭਰਤੀ ਅਸਾਂ 430 ਤੇ 430 ਰੁਪਏ ਤੇ ਠੀਕ ਹੋ ਗਿਆ ਤਾਂ ਉਹਨਾਂ ਸੇ 430 ਤਾਂ ਆਈ ਨੇ ਸਮਝ ਲਓ ਕਿ ਕਿੰਨਾ ਫਰਕ ਹੈ ਤੱਕ ਲੋ ਬਹੁਤ ਫਰਕ ਹੈ ਜੀ ਬਹੁਤ ਫਰਕ ਉਸ ਦੇ 430 ਤਾਂ ਪੂਰੀ ਆਪਣਾ ਘਰ ਦੀ ਫੈਮਿਲੀ ਮਾਮਲਾ ਜਿੰਨੇ ਵੀ ਸੀ ਨਾ ਸੀ ਉਹਨਾਂ ਚ ਕਹਿੰਦੇ ਅਸੀਂ ਸੈਂਟਰ ਵਿੱਚ ਜਾਣਾ ਸਾਂ ਇੱਥੋਂ ਮੈਂ ਤਕਰੀਬਨ ਕੋਈ 35-40 ਰੁਪਏ ਕਿਰਾਇਆ ਦੇ ਕੇ ਜਾਣਾ ਸਾਂ ਪਿੰਡੀ ਨੇ ਇੱਥੋਂ 35-40 ਰੁਪਏ ਸਹੀ ਹੈ 87 ਦੀ ਗੱਲ ਹੈ 87 ਹਾਂ ਉਸ ਤੋਂ ਬਾਅਦ ਤਕਰੀਬਨ ਅਸਲ 430 ਵਿੱਚ ਵੀ ਅਸੀਂ ਜਨਾਬ ਆਪਣਾ ਖਰਚਾ ਘਰ ਨਾਲ ਮੈਂ ਫੈਮਿਲੀ ਨੂੰ ਖਰਚਾ ਵੀ ਸਹੀ ਹੈ ਆਪਣਾ ਵੀ ਮਾਮਲਾ ਸਾਰੇ ਅਸੀਂ ਫਿਰ ਵੀ 100 50 150 ਸਾਡੇ ਕੋਲ ਬਚਣ ਦਾ ਸੀ ਬਚਣ ਦਾ ਬਰਕਤ ਸੀ ਬਰਕਤ ਸੀ ਰੋਜ਼ ਸਹੀ ਹੈ ਵਾਏ ਦੱਸੋ ਕਿ ਕਿੰਨੇ ਸਾ ਭਾਈ ਹੋ ਅਸੀਂ ਪੰਜ ਪੰਜ ਭਾਈ ਹੋ ਤੇ ਸਿਸਟਰਾਂ ਵੀ ਆ ਹਾਂ ਪੰਜ ਸਿਸਟਰ ਮਾਸ਼ਾਅੱਲਾ ਉਹ ਤਕਰੀਬਨ ਤਾਂ ਨੰਬਰ ਬੜੇ ਸਾਰੇ ਤੇ ਮੈਂ ਦਰਮਿਆਨ ਹਾਂ ਦਰਮਿਆਨ ਠੀਕ ਹੋ ਗਿਆ ਤੇ ਬਾਕੀ ਇਹ ਦੱਸੋ ਕਿ ਕੋਈ ਐਸਾ ਆਪਣਾ ਜ਼ਿੰਦਗੀਆਂ ਵਾਕਿਆ ਫੌਜੀ ਜਾਂ ਫੌਜ ਦੇ ਇਲਾਵਾ ਮੈਂ ਇੱਕ ਵਾਕਿਆ ਤਾਂ ਕਿਹਾ ਸਭ ਤੋਂ ਮੁਸ਼ਕਲ ਜਿਹੜੀ ਜ਼ਿੰਦਗੀ ਜਿਹਨਾਂ ਮੇਰਾ ਜਿਹੜਾ ਸੀ ਨਾ ਇਹਦੀ ਬਿਲਕੁਲ ਨਜ਼ਦੀਕ ਮੌਤ ਨੂੰ ਹੋ ਗਿਆ ਹੈ ਅੱਛਾ ਮੈਂ ਤੱਕੇ ਕਰੀਬ ਹੋ ਗਿਆ ਅਸੀਂ ਉਸ ਟਾਈਮ ਸਿੰਧ ਵਿੱਚ ਪੁੰਨੋ ਕਰਚੋਣੀ ਅੱਗੇ ਇੱਕ ਸ਼ਿਦਾਦਕੋਟ ਜਗ੍ਹਾ ਦਾ ਨਾਂ ਹੈ ਸ਼ਿਦਾਦਕੋਟ ਇਹ ਲੜਕਾਨੇ ਤੋਂ ਨਾ ਇਸੇ ਵੀ ਰੋਡ ਤੇ ਆਉਣਾ ਕੋਟਲ ਪਾਸ ਹੈ ਕੋਟਲ ਦੇ ਪਾਸ ਹਾਂ ਉੱਥੇ ਇੱਕ ਆਪਰੇਸ਼ਨ ਸੀ ਡਾਕੂਆਂ ਦੇ ਖਿਲਾਫ ਜਿਹੜਾ ਨਾ ਮੁਲਕ ਵਿੱਚ ਕਾਫੀ ਇਹ ਕਿਹਦੇ ਸਾਹਮਣੇ ਗੱਲ ਹੈ ਇਹ 88 ਦੀ ਗੱਲ ਹੈ 87 ਵਿੱਚ ਯਾਨੀ ਕਿ ਸੇ ਭਰਤੀ ਹੋਏ ਆ 87 ਤੇ 88 ਵਾਲਾ ਸੀ ਟਰਨ ਕਰ ਸੰਤ ਸਿੱਧੇ ਚਲੇ ਗਏ ਅੰਦਰ 2 ਸਾਲ ਬਾਅਦ 2 ਸਾਲ ਬਾਅਦ ਨਾ ਇੱਕ ਇੱਕ ਇੱਕੋ ਸਾਲ ਵਿੱਚ ਜੀ 87 ਭਰਤੀ ਹੋਏ ਆ ਨਾ ਉਹ 88 ਨੇ ਐਂਡ ਤੇ ਜਗ੍ਹਾ ਸੀ ਯਾਨੀ ਕਿ ਤੁਹਾਡਾ ਪਹਿਲਾ ਤਜਰਬਾ ਸੀ ਤਜਰਬਾ ਸੀ ਆ ਟਰਨ ਅਸਲ ਟਰਨ ਜੋ ਮੁਕੰਮਲ ਹੋਇਆ ਸਿੱਧਾ ਅਸਾਂ ਉੱਥੇ ਚਲੇ ਗਏ ਸਹੀ ਹੈ ਉਹ ਅਸਾਂ ਡਾਕੂ ਦੇ ਖਿਲਾਫ ਜਿਹੜਾ ਸੀ ਆਪਰੇਸ਼ਨ ਸੀ ਸਹੀ ਹੈ ਜਿਹਨੇ ਮੁਲਕ ਦੇ ਖਿਲਾਫ ਕਾਫੀ ਮਾਮਲਾ ਖਰਾਬ ਕਰਦੇ ਸੀ ਸਹੀ ਉਸ ਆਪਰੇਸ਼ਨ ਵਿੱਚ ਆ ਗਿਆ ਸਾਨੇ ਫਿਰ ਬਿਲਕੁਲ ਕਲੋਜ਼ ਹੋ ਗਿਆ ਮੈਂ ਦੇਖਿਆ ਕਿ ਮੇਰੇ ਨਾਲ ਅੱਗੇ ਕਪਤਾਨ ਸਾਹਿਬ ਸੀ ਕਿ ਬੱਚਾ ਇੱਕ ਸਾਲ ਨਾਲ ਸਿਪਾਹੀ ਸੀ ਮੇਰਾ ਬਾਅਦ ਨਾ ਅੱਛਾ ਮੈਂ ਸੀ ਉਹ ਡਾਕੂ ਨੇ ਆਪਰੇਸ਼ਨ ਵਿੱਚ ਉਹ ਮਤਲਬ ਨਾ ਉਹ ਪੈਰ ਖੁੱਲਿਆ ਜਨਾਬ ਦਿੱਤਾ ਫਿਰ ਮੈਂ ਜਨਾਬ ਉਹ ਸਨ ਕਪਤਾਨ ਸਾਹਿਬ ਸ਼ਹੀਦ ਹੋ ਗਏ ਤੋ ਦੂਸਰਾ ਹੀ ਜਿਹੜਾ ਸਿਪਾਹੀ ਉਹ ਜ਼ਖਮੀ ਹੋ ਗਿਆ ਮੈਂ ਉਸਦੇ ਪਿੱਛੇ ਸੇ ਬੈਗ ਛੱਡ ਕੇ ਅਸੀਂ ਕਮਰੇ ਚਲੇ ਗਏ ਫਿਰ ਉਸ ਤੋਂ ਬਾਅਦ ਸਾਨੂੰ ਫੈਰ ਇਸ਼ਾਰੇ ਤੋਂ ਬਾਦਲਾ ਹੋਣਾ ਰਿਹਾ ਪਰ ਡਾਕੂ ਕੁਝ ਪਕੜ ਕੇ ਕੋਈ ਬਾਹਰ ਛੱਡੇ ਕੋਈ ਨਸ ਵੀ ਉਹ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਤਰੀਨ ਉਸ ਸਾਡੀ ਜ਼ਿੰਦਗੀ ਦਾ ਮੁਸ਼ਕਲ ਤਰੀਨ ਜ਼ਿੰਦਗੀ ਉਹ ਕਦੇ ਨਹੀਂ ਭੁੱਲਣਾ ਉਹ ਨਹੀਂ ਭੁੱਲਣਾ ਜ਼ਿੰਦਗੀ ਜਦ ਤੱਕ ਮੈਂ ਦੱਸ ਜਿੰਦਗੀ ਦਾ ਸੋ ਯਾਦ ਕਰਦੇ ਸੋ ਤੋ ਸਾਡੀ ਸਭ ਨੂੰ ਉਸ ਸਾਹਮਣੇ ਚੀਜ਼ ਨਜ਼ਰ ਆ ਜਾਂਦੀ ਲੇਕਿਨ ਮੁਲਕ ਵਾਸਤੇ ਇਹ ਚੀਜ਼ਾਂ ਜਿਹੜੀਆਂ ਨਾ ਅਸੀਂ ਤਾਂ ਮੇਰੀ ਦਿਲੀ ਖੁਆਇਸ਼ ਇਹ ਸੀਗਾ ਸੀ ਮੇਰੀ ਸ਼ਾਦੀ ਹੋ ਜਾਏ ਉਸ ਵਿੱਚ ਕਿਉਂਕਿ ਮੁਲਕ ਕੌਮ ਵਾਸਤੇ ਬੰਦੇ ਦੀ ਇੱਕ ਸ਼ਹਾਦਤ ਮਤਲਬ ਹੋ ਜਾਏ ਇਸ ਤੋਂ ਬੜਾ ਕਿਹੜਾ ਨਾ ਕੋਈ ਚੀਜ਼ ਨਹੀਂ ਕਿਉਂਕਿ ਸਾਡਾ ਮੁਲਕ ਹੈ ਸਾਡਾ ਘਰ ਹੈ ਚੀਜ਼ ਹੈ ਦੁਆਏ ਦੱਸੋ ਕਿ ਤੁਸੀਂ ਪਾਕਿਸਤਾਨ ਤੋਂ ਬਾਹਰ ਵੀ ਗਏ ਇਸ ਵਿੱਚ ਜਾਂ ਪਾਕਿਸਤਾਨ ਨਾ ਪਾਕਿਸਤਾਨ ਚ ਬਾਹਰ ਨਹੀਂ ਗਏ ਪਾਕਿਸਤਾਨ ਚ ਰਹੇ ਹੋ ਪਾਕਿਸਤਾਨ ਚ ਠੀਕ ਹੋ ਗਿਆ ਤਾਂ ਹੁਣ ਐਸਲਸ ਆ ਜਿਹੜੀ ਕਿ ਰਿਟਾਇਰ ਹੋ ਗਏ ਜੀ ਰਿਟਾਇਰ ਹੋ ਗਏ 17 ਸਾਲ ਤੋਂ ਤਕਰੀਬਨ ਹੋ ਗਏ ਠੀਕ ਹੈ ਬੱਚੇ ਤੁਸੀਂ ਜਵਾਨ ਹੋਏ ਜੀ ਜੀ
ماشاءاللہ تے ہن تا اپنا آرمی بینڈ چلان لگے جی آرمی بینڈ چلان لگے سرکار چلن لگے کا بس شکر الحمدللہ یعنی کہ اس نے 400 روپے لے کے تا خود سن سکتے جی سکتے اس دور تے ایسے کتنا فرق محسوس کرنا بہت جی زمین سامان دا فرق ہو گیا صحیح ہے یعنی اس نے 1 روپیہ تے 100 روپے برابر ہے میں کہ اس نے 1 روپیہ تے 100 روپے جڑا برابر سانے برابر ہے کہ اس نے 1 روپیہ اس نے 1000 روپے جڑا اس نے برابر جان لگے صاحب لو آٹے گٹھی ہوتا ہے سمجھ لو کتنے لبنی سی والے نے گٹھی ہے کوئی 100 150 نہیں سی نہیں 100 150 نہیں 200 نے کہا 20 کلو بڑی نہیں 20 کلو صحیح 20 کلو صحیح ہے باقی اور نکے سا کم سے لگے الگ ہے بس دوسرا نکا یعنی کہ دو نکے الگ ہے دو نہیں ایک آرمی چاہیے ایک اتھے گا ٹھیک ہے ہوگی ٹھیک سیٹل ہے ٹھیک ہے ہاں احترام چھوٹے بڑے نے احترام رہی کو نہیں بڑا تقسیم چھوٹے نہ کوئی انہوں نے کو اپنے تمیز طریقہ یا بڑا یا چھوٹا ہے یہ چیزیں رہی مسئلہ ہے بڑے معاملات بڑے اچھے طریقے یہ ہوں جا کے ملک دہشت گردی ملک پھیل کے بڑا مطلب فوج معاملات کافی نہیں کون سی مطلب ایک ہی خطرہ ہے دشمن سامنے پاس آنا دشمن کا بدلا سا کرنا ہوں اندرونی خطرہ دشمن کو پتہ نہیں کدھر آ جائے گا کدھر آ جائے کدھر بیٹھے محفوظ ہی کون سی اس وقت جڑا دہشت گردی یعنی ملک میں اتنا جام ہو گیا سر ہاں ٹیری پٹا ڈیلی سویرے شام چاچو صاحب بینڈ ہے ویسے اگے بھی سنگی نہ کی دسیا سی ویڈیو چ بھی یعنی کہ یہ اصل دا نام سے دسیا سی ماشاءاللہ بڑا شاہ نے اپنی بینڈ ہے لالا لگا پھر بھی آنے مطلب اس کو زیادہ کی مار کو تھوڑی یہ دور ہونے جا رہا ہے یگ یونین دینا جتنا احترام بڑے بندے کرو گے اتنا بھی آنے زندگی آسانی ہو جائے گی جتنا اپنے اخلاق پیار اچھے طریقے گزارے کرو گے اتنا بھی مطلب بہتر زندگی گزر سکتی ہے سب تو بڑا کہ احترام ہے کرنے گے بڑے بندے احترام کر بہترین زندگی نال ہو سکتا ہے مہنگائی آپ بنائی مسلم مہنگائی ہے اگر اسی محنت اپنی کر لے اپنے نظام گھر کر لے ہر بندہ محنت کر لے کوئی مہنگائی نہیں ہے ہاں یہ اگر محنت اپنی کریے ہوں میں کنک اصل گھر نہیں کھان لگے گھر نہیں کنک آئیے بھی جی اِس کتنی زمین غیر آباد پہ ہیں کتنی چیزیں پہ محنت نہیں کرنے اسی پر ٹھیک ہے جی دو پیسے وہ فلانی جی منگا لو فلانی منگا لو اج بھی لوگ محنت کر لینا اپنی کرنی چیز ہوئی تو کوئی مطلب چیز نہیں ہے سنے تو سن کتنی کانڈ بلایا رائی ہونی ہے میرا دو ٹائی بھی ہے دو ٹائی بھی ہے تقریبا سنا آٹا لینا پینا جیسا ہی بس تقریبا موسم صاحب تے کہتے کہتے فصل ٹھیک ہو جانے بارشاں نے سب موسم برانی علاقہ جو ہے ساڑا صحیح ہے نہری تے کوئی نہیں نا پانی کوئی شے نہیں سی ہاں یہ برانی کا سسٹم ہے شکر الحمد اللہ ترونجا سال ہو گئی ہے
ਹੈ ਕਿ ਨਹੀਂ ਹਾਂ ਸਹੀ ਇਹ ਕਿ ਫੋਟੀ ਬੰਦਾ ਨਾ ਕਿ ਅਸਾਂ ਨੇ ਗ੍ਰਾਮ ਦੀ ਪਾਵਰ ਇਸ ਨਾ ਇੱਕ ਦੁਆ ਅਸੀਂ ਵਰਦਸ਼ ਕੋ ਨਾ ਕਰਨੇ ਸਭ ਤੋਂ ਬੜੀ ਗੱਲ ਹੈ ਵਰਦਸ਼ ਇਹ ਜੀ ਬੈਡ ਪ੍ਰੈਸ਼ਰ ਲੋ ਹੋ ਗਿਆ ਜੀ ਹਾਈ ਹੋ ਗਿਆ ਕੈਂਸਰ ਹੋ ਗਿਆ ਅਟੈਕ ਸਭ ਚੀਜ਼ਾਂ ਅਸੀਂ ਖੁਰਾਕ ਖਾ ਕੇ ਥੋੜ੍ਹੀ ਮੋਟੀ ਵਰਦਸ਼ ਕਰਨੀ ਚਾਹੀਦੀ ਹੈ ਵਰਦਸ਼ ਕਰੋ ਆਟੋਮੈਟਿਕ ਤੁਹਾਡੀ ਸਿਹਤ ਮਰ ਜੀ ਜੀ ਰੋਟੀ ਖਾਣੇ ਬਸ ਡਰਮ ਤੇ ਜਾਂ ਟੈਲੀਫੋਨ ਲੈ ਕੇ ਬਿਸਤਰੇ ਪੜ ਗਿਆ ਟੈਲੀਫੋਨ ਲੈਣਾ ਬਿਸਤਰੇ ਪੜ ਜਾਣਾ ਗੱਪਾਂ ਦਸ ਤੱਕ ਵੀ ਦੋ ਦੋ ਵਜੇ ਤੱਕ ਗੱਪਾਂ ਲਾਉਣਾ ਸ਼ੁਕਰ ਮਹਿਮਾਨ ਆਇਆ ਬੈਠੇ ਹਾਂ ਹਾਂ ਡਰ ਜ਼ਿਆਦਾ ਲੱਗਣਾ ਜਾਨੀ ਜੋ ਅਗਰ ਹੋਵੇ ਤਾਂ ਅਗਰ ਕੋਈ ਆਜ ਦਾ ਬਾਕਾਇਦਾ ਲੇਟ ਫਿਰ ਬੰਦਾ ਕੋ ਨਾ ਜਾਂਦਾ ਸੀ ਬਕਾਇਦਾ ਯਾਰ ਸ਼ਿਕਾਰ ਛੋੜ ਕੇ ਆਵੇ ਹਾਂ ਕੁਝ ਤਾਂ ਇਹ ਵਾਕਿਆ ਕੋਈ ਹੋਇਆ ਤਾਂ ਨਹੀਂ ਵੈਸੇ ਨਹੀਂ ਕੋਈ ਅੱਲਾਹ ਪਾਕ ਮਾਫੀ ਦੇ ਕੋਈ ਨਹੀਂ ਸਹੀ ਹੈ ਆ ਲਾਹੌਰ ਇੱਕ ਦਫਾ ਹੋਇਆ ਸੀ ਵਾਕਿਆ ਉਹ ਮੇਰੇ ਨਾਲ ਦੋਸਤਾਂ ਨਾਲ ਹੋਇਆ ਸੀ ਗੱਡੀ 'ਚ ਬੈਠਿਆ ਨਾਲ ਇਸੇ ਤਰ੍ਹਾਂ ਜਿਹੜਾ ਉਹ ਕੁਰਮਾਲ ਜਿਹਾ ਸੰਘਾਇਆ ਉਸ ਦਾ ਉਸਕੇ ਤੋਂ ਬੇਹੋਸ਼ ਹੋ ਗਿਆ ਉਹਦੇ ਪੈਸੇ ਉਹਦੇ ਨਿਕਲ ਗਏ ਆਪਣੀ ਡਿਊਟੀ ਸਭ ਤੋਂ ਦੂਰ ਕਿਹੜੀ ਜਗ੍ਹਾ ਗਏ ਹੋ ਸਭ ਤੋਂ ਜ਼ਿਆਦਾ ਦੂਰ ਅਸੀਂ ਕਸ਼ਮੀਰ ਪਾਂਡੂ ਪਾਂਡੂ ਲਿਪਾ ਮੁਜ਼ਫਰਬਾਦ ਤੋਂ ਅੱਗੇ ਆਉਂਦਾ ਉੱਥੇ ਬਰਫ਼ ਵਿੱਚ ਡਿਊਟੀ ਦੇ ਦਿਨ ਬਰਫ਼ ਲੱਗ ਰਹੀ ਸੀ ਆਪਣੇ ਗੁਪਤਾ ਸ਼ੁਗਲ ਮੇਲਾ ਲਾ ਕੇ ਆਪਣਾ ਨਿਜ਼ਾਮ ਆਪਣੇ ਸ਼ੁਗਲ ਮੇਲਾ ਆਪਣੇ ਰਾਤੀ ਬਦਲ ਜਾਣਾ ਬੜਾ ਅੱਛਾ ਤਰੀਕੇ ਨਾਲ ਜ਼ਿੰਦਗੀ ਜਿਹੜੀ ਹੈ ਨਾ ਫੌਜ ਦੀ ਮਿਹਨਤ ਕਰੀਏ ਆਪਣੀ ਹੁਣ ਵੀ ਸਾਡਾ ਨਿਜ਼ਾਮ ਠੀਕ ਚੱਲ ਜਾਣਾ ਠੀਕ ਹੈ ਜੀ ਆਪਣੀ ਦੁਆਵਾਂ ਯਾਦ ਰੱਖੇ ਤੇ ਚਾਚੂ ਰਾਂਗੀ ਯਾਦ ਰੱਖੇ ਚਾਚੂ ਜੀ ਮਿਹਰਬਾਨੀ ਸ਼ੁਕਰੀਆ ਅੱਲਾ ਹਾਫਿਜ਼ ਜੀ ਐਸੀ ਆਈ ਨੀ ਛੋਟੀ ਤੇ ਪਿਆਰੀ ਜੀ ਵੀਡੀਓ ਉਮੀਦ ਕਰਨਾ ਅੱਜ ਵੀਡੀਓ ਸੀ ਪਸੰਦ ਆਈ ਹੋਸੀ ਜੇ ਪਸੰਦ ਆਈ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕੋਸ਼ਿਸ਼ ਮੇਰੀ ਹੈ ਕਿ ਆ ਜਿਹੜਾ ਵੀ ਬੰਦਾ ਹੈ ਉਸਨਾਂ ਗੱਪ ਸ਼ੱਪ ਦਵਾ ਕਰਸਾਂ ਉਸਦੇ ਜ਼ਿੰਦਗੀ ਬਾਰੇ ਦੱਸਾਂਗੇ ਇਨਸ਼ਾਅੱਲਾ ਆਪਣੇ ਗ੍ਰਾਂ ਦੇ ਬਾਰੇ ਜਿਸ ਨੂੰ ਦੱਸਾਂਗੇ ਤਾਂ ਆਪਣੇ ਆਜ਼ਾਦ ਕਸ਼ਮੀਰ ਦੇ ਬਾਰੇ ਜਿਸ ਨੂੰ ਦੱਸਾਂ ਕਰਸਾਂ ਕਿ ਕਿਹੜਾ ਕਿਹੜਾ ਸ਼ਹਿਰ ਹੈ ਕਿਹੜੇ ਮਕਸਦ ਨਾਲ ਕਿਹੜੇ ਨਾਂ ਤੂੰ ਬਣਿਆ ਮੈਂ ਤਾਂ ਉਮੀਦ ਕਰਨਾ ਆਪਣੇ ਦੀ ਵੀਡੀਓ ਤੁਸਾਂ ਤੱਕ ਪੁੱਛ ਸਕਸਾਂ ਤਾਂ ਤੁਸੀਂ ਪਸੰਦ ਵੀ ਆ ਸਕਦਾ ਠੀਕ ਹੈ ਮਿਲਦੇ ਹਾਂ ਨੈਕਸਟ ਵਲੌਗ ਦੀ ਦੁਆਵਾਂ ਆਪਣੀ ਯਾਦ ਰੱਖਿਆ ਕਰੋ ਅੱਲਾ ਹਾਫਿਜ਼